ਸੋਮਵਾਰ ਨੂੰ ਲੁਧਿਆਣਾ ਸ਼ਹਿਰ ਦੇ ਪੱਖੋਵਾਲ ਰੋਡ ਤੇ ਸਥਿਤ ਇੰਡੋਰ ਸਟੇਡੀਅਮ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਵੋਟਰਾਂ ਨੂੰ ਵੋਟ ਲਈ ਜਾਗਰੂਕ ਕਰਕੇ ਵੋਟਾਂ ਦੇਣ ਲਈ ਉਤਸ਼ਾਹਿਤ ਕਰਨਾ ਸੀ। ਕਰੀਬ 2500 ਲੋਕਾਂ ਨੇ ਆਪਣੇ ਹੱਥਾਂ ਵਿੱਚ ਵੋਟਰ ਕਾਰਡ ਫੜ ਕੇ ਇਕੱਠੇ ਸੈਲਫੀ ਲਈ। ਇਸ ਮੌਕੇ ਤੇ ਮੁੱਖ ਚੋਣ ਅਧਿਕਾਰੀ ਕਮਿਸ਼ਨ ਪੰਜਾਬ ਨੇ ਕਿਹਾ ਕਿ ਇਸ ਸਮਾਗਮ ਦਾ ਰਿਕਾਰਡ ਲਿਮਕਾ ਬੁੱਕ ਆਫ ਰਿਕਾਰਡ ਅਤੇ ਗਿਨੀਜ਼ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਨ ਲਈ ਭੇਜਿਆ ਗਿਆ ਹੈ। ਉਹਨਾਂ ਉਮੀਦ ਜਤਾਈ ਹੈ ਕਿ ਜ਼ਿਲ੍ਹੇ ਦਾ ਹਰ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰੇਗਾ। ज्यादा से ज्यादा लोग वोटर बनाना पहले था, अब उनको कहना है जो वोटर में पार्टी से ये करें, वोट करें। यहाँ करीब 5000 के करीब कम से कम मुझे लगता है लोग जो यंग वोटर है अपने वोटर कार्ड के साथ उन्होंने अपना सेल्फी लेने का कुछ रिकॉर्ड बनाने का सोच रहे हैं। धन्यवाद। सर को मैसेज देना, मैं सभी वोटरों को और खास करके जो युवा वोटर है उनको कहना चाहूंगा कि पूरा बेझिझक जोर शोर से अपने जो मतदान है जो उनका राइट है उसका प्रयोग 4 तारीख को करें और अच्छी वोटिंग करें। और पंजाब में कम से कम 85% हमारा टारगेट है, जो 85% वोट जरूर होना चाहिए।